ਇਹਨਾਂ ਨੇ ਗਾਜ਼ੀ ਟਰੈਕਟਰ ਕਿਉਂ ਲਿਆ ਵੱਡਾ ਦਬੰਗ? ਗਾਜ਼ੀ ਇਸ ਵਾਸਤੇ ਲਿਆ, ਤੇਲ ਘੱਟ ਖਾਂਦਾ, ਸਪੀਡ ਦੁੱਗਣੀ, ਵਜ਼ਨ ਜ਼ਿਆਦਾ ਚੁੱਕਦਾ ਹੈ, ਖੂਬਸੂਰਤੀ ਦਾ ਲਾਜਵਾਬ ਹੈ, ਪੂਰੀ ਦੁਨੀਆ ਦਾ ਬ੍ਰਾਂਡ ਮੰਨਿਆ ਹੋਇਆ, ਫਸਟ ਇਨ ਆਲ ਟੈਸਟ ਸਹੀ V8। ਅਗਰ ਉਹ V8 ਨੇ ਹਟਾ ਦਿੱਤਾ, ਨਿਊ ਹੈਂਡ ਟਰੈਕਟਰ V8 ਹੀ ਕਰਕੇ ਲੋਕ ਖਰੀਦਦੇ ਰਹੇ ਨੇ। ਇਹ ਹੈ ਫਸਟ ਇਨ ਆਲ ਟੈਸਟ, ਇਹ ਸਾਰਾ ਕਮਾਲ ਹੈ ਇਹ ਤਸ਼ਾਮ ਸਾਹਿਬ ਦਾ। ਆਪਣੇ ਚੀਫ ਐਗਜੈਕਟਿਵ ਮੌਜੂਦਾ ਜਿਹੜੇ ਆਏ ਨੇ, ਇਹ ਦੁਬਈ ਤੋਂ ਡਿਗਰੀ ਲੈ ਕੇ ਇਹਦੀ ਅਰਬੀ ਦੀ ਅਰਬੀ ਵਾਲੇ ਨਾ ਆਪਣਾ ਖਾਸ ਸਪੈਸ਼ਲ ਖਾਸ ਜਿਹੜਾ ਹੁੰਦਾ ਬੰਦਾ ਉਹ ਕਰਕੇ ਭੇਜਿਆ ਇੱਥੇ। ਭੱਟੀ ਸਾਹਿਬ, ਨੀਲੀ ਪੱਟੀ ਨੂੰ ਬੜਾ ਪਸੰਦ ਕੀਤਾ ਲੋਕਾਂ ਨੇ। ਨੀਲੀ ਪੱਟੀ ਜਿਹੜੀ ਨਾ, ਉਹ ਵੀਰ ਮੇਰਾ ਘੋੜੀ ਚੜ੍ਹੇ, ਨੀਲੀ ਹੀ ਕੰਪਨੀ ਦਾ ਰੰਗ ਹੀ ਨੀਲੇ। ਅੱਛਾ ਜੀ, ਇਹ ਜਿਹੜਾ ਪਹਿਲੇ ਰੰਗ ਆਇਆ ਇਹ ਵੀ ਹੈ ਕੁਝ ਮਦਮ ਜਿਹਾ, ਇਹਨੂੰ ਵੀ ਗੂੜਾ ਕਰਦੇ, ਬਾਕੀ ਰੰਗ ਠੀਕ ਹੈ ਸਾਰੇ। ਇਹਨਾਂ 10 ਸਾਲ ਬਾਅਦ ਵੀ ਨੰਬਰ ਸਟਾਈਲ ਦਾ ਇਹ ਹੀ ਰੱਖਣਾ, ਬਾਡੀ ਦਾ ਤੇ ਲਿਖਾਈ ਦਾ ਕੀ ਮਤਲਬ ਹੈ? ਲੋਕਾਂ ਸਟਿਕਰ ਖਰੀਦਣੀ ਜਾਂ ਟਰੈਕਟਰ ਖਰੀਦਣੇ? ਅਗਲੇ ਮਹੀਨੇ ਕੋਈ ਨਵਾਂ ਟਰੈਕਟਰ ਆ ਰਿਹਾ? ਹਾਂਜੀ, ਉਹ ਆ ਰਿਹਾ, ਜਿਸ ਦਿਨ ਆ ਗਿਆ ਵਾ ਕਈ ਬੁਰਜ ਉਲਟ ਜਾਣੇ, ਉਹਦਾ ਐਕਸਲ ਸਿੱਧਾ ਹੋ ਰਿਹਾ ਪਿਛਲਾ, ਮਤਲਬ ਉਹ ਟਿਊਬਾਂ ਉਹ ਜਦੋਂ ਸਿੱਧੀਆਂ ਹੋ ਗਈਆਂ ਤੇ ਬਿਲਕੁਲ ਕਾਪੀ ਹੋ ਗਈ ਉਸ ਦੂਸਰੇ ਸੌਦੇ ਦੇ ਨਾਲ ਦੀ, ਤੇ ਅਸੀਂ ਆਪਣੀ ਗੱਲ ਕਰੀਬ ਉਹਦੇ ਨਾਲ ਦਾ ਕੋਈ ਵੀ ਨਹੀਂ ਹੋਣਾ। ਡਾਕਟਰ ਸਾਹਿਬ, ਉਹ ਬੁਰਜ ਉਲਟ ਜਾਣੇ ਕੀ ਬਲਟਰ? ਹਾਂ, ਬੁਰਜ ਦਾ ਮਤਲਬ ਇਹ ਬਲਜਲਜਲਾ ਹੀ ਆਉਂਦਾ ਹੈ ਨਾ, ਇੱਕ ਬੰਦੇ ਦਾ ਖਾਨਾ ਖਰਾਬ ਹੋ ਜਾਏ, 30-35 ਸਾਲ ਵਾਲੇ, 40 ਸਾਲ ਵਾਲੇ ਦਾ, ਇਹਨਾਂ ਦਾ ਤਜਰਬਾ ਥੋੜ੍ਹਾ, ਇਹਨਾਂ ਦੇ ਬੰਦੇ ਬੜੇ ਲਾਜਵਾਬ ਹਨ। ਡਾਕਟਰ ਸਾਹਿਬ, ਛੱਤ ਵੀ ਨਾਲ ਪਲਾਂਟ ਵਾਲੇ ਬੰਦੇ ਵੇਖੋ ਜੀ, ਉਹਨਾਂ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਡਿਸਟ੍ਰੀਬਿਊਸ਼ਨ ਤੇ ਬੁਕਿੰਗ ਡਿਲੀਵਰੀ ਬਹੁਤ ਹੀ ਕੁਇਕ ਸਰਵਿਸ ਹੈ। ਉਹ ਟਰੈਕਟਰ ਬਣਨ ਤੋਂ ਪਹਿਲੇ ਵਿਕੇਗਾ, ਉਹ ਮਤਲਬ ਇਨਵਾਈਸ ਕੱਟੀ ਪਈ ਹੈ, ਉਹਨਾਂ ਪਤਾ ਵੀ ਅੱਜ ਇਤਨੇ ਟਰੈਕਟਰ ਬਣੇ, ਬਣਾ ਦਿਓ, ਬਣਾ ਕੇ ਪੂਰੇ ਕਰ ਦਿਓ। ਡਾਕਟਰ ਸਾਹਿਬ, ਛੱਤ ਜਿਹੜੀ ਕੰਪਨੀ ਨੇ, ਛੱਤ ਕੰਪਨੀ ਤਾਂ ਕੋਈ ਨਹੀਂ ਬਣਾਈ, ਮਗਰ ਕੰਪਨੀ ਵਾਲੇ ਛੱਤ ਬਣਾ ਕੇ ਆਪਣਾ ਨੁਕਸਾਨ ਕੀਤਾ। ਉਹਨਾਂ ਦੀ ਛੱਤ 21,000 ਦੀ ਤੇ ਉਹਨਾਂ ਦੀ 35,000 ਦੀ, ਉਹ ਵੀ ਇਹੀ ਮਟੀਰੀਅਲ ਲਾ ਦਿੰਦੇ। ਉਹਨਾਂ ਕਿਸ ਕਿਹਾ ਵੀ 21,000 ਹੋਰ ਬਰਬਾਦ ਕਰੋ, 21,000 ਟਰੈਕਟਰ ਦੀ ਕੀਮਤ ਘਟਾਉਂਦੇ, ਕੈਸਾ ਪੁੱਠਾ ਕੰਮ! ਇਹਨਾਂ ਦਾ ਕੋਈ ਉਸਤਾਦ ਹੈ ਹੀ ਨਹੀਂ, ਨਾ ਪਲਾਨਿੰਗ, ਨਾ ਮਨਸੂਬਾਬੰਦੀ, ਨਾ ਡਿਜ਼ਾਈਨ ਮਾਸਟਰ ਹੈ। ਚੰਗੀ ਨਾ ਲਾਵਾਂ, ਨਾ ਫਰਮਾਇਸ਼ੀ ਪ੍ਰੋਗਰਾਮ ਘੱਟ ਚੱਲਣ ਨਾ ਲੋਕਾਂ ਦੇ, ਕੀਮਤ ਉਹਨਾਂ ਦੀ ਘੱਟ ਕਰਦੇ ਨੇ, ਮਟੀਰੀਅਲ ਅੱਛਾ ਕਰਦੇ ਨੇ, ਬੈਟਰੀ ਜ਼ਰਾ ਭਾਰੀ ਕਰਦੇ ਨੇ ਥੋੜ੍ਹੇ ਜਿਹੇ, 2-4 ਨੰਬਰ। ਇਹ ਹੀਟਰ ਲਾ ਦਿੱਤਾ ਨੇ ਸਰ, ਉਹ ਕੋਟ ਖਤਮ ਦਾ ਹੀਟਰ ਲੱਗਿਆ, ਹੁਣ ਔਖਾ ਸੌਖਾ ਨਹੀਂ ਰਿਹਾ, ਹੁਣ ਸਾਰੇ ਅਫਗਾਨਿਸਤਾਨ 'ਤੇ ਇਹਨਾਂ ਦਾ ਕਬਜ਼ਾ ਹੈ। ਉਹ ਜਿਹੜੇ ਤਾਲਿਬਾਨ ਨੇ, ਉਹਨਾਂ ਸਾਰੇ ਟਰੈਕਟਰਾਂ ਦਾ ਮੁਆਹਦਾ ਕਰ ਲਿਆ ਵੀ ਅਸਾਂ V8 ਹੀ ਖਰੀਦਣਾ। ਉਹ ਇੰਗਲੈਂਡ ਵਾਲਾ ਬੜਾ ਵੱਡਾ ਕੁੜੀ ਜਾਵੇ ਦਾ ਪੁੱਤਰ ਨਿਕਲਿਆ, ਉਹਦਾ ਨਹੀਂ ਲੈਂਦੇ, ਉਹ ਇਸਰਾਈਲੀਆਂ ਦਾ ਹਮੇਤੀ ਹੈ, ਹੁਣ ਸਮਝ ਲੱਗੀ? ਅਮਰੀਕਾ, ਇੰਗਲੈਂਡ ਅਤੇ ਆਪਣਾ ਇਸਰਾਈਲ, ਇਹ ਤਿੰਨੇ ਬੰਦੇ ਇੱਕ ਹੋ ਗਏ ਨੇ। ਉਹਨਾਂ ਅਫਗਾਨੀਆਂ ਕਿਹਾ ਅਸੀਂ ਟਰੈਕਟਰ ਲੈਂਦੇ ਹਾਂ ਆਪਣੇ ਪਾਕਿਸਤਾਨ ਦਾ V8 ਫਸਟ ਇਨ ਆਲ ਟੈਸਟ, ਇਹਨੂੰ ਥੋੜ੍ਹੀ ਜਿਹੀ ਖਰਾਬੀ ਉਹਨਾਂ ਛੋਟੇ ਛੋਟੇ ਨੁਕਸ ਦੂਰ ਕਰ ਦਿੱਤੇ।